ਅੱਜ ਸਾਡੇ ਨਾਲ ਨੇ ਜੋ ਸਾਨੂੰ 30 ਸਾਲਾਂ ਤੋਂ ਸਾਨੂੰ ਹਸਾਉਂਦੇ ਆ ਰਹੇ ਆ ਤਾਂ ਸਾਡਾ ਮਨੋਰੰਜਨ ਕਰਦੇ ਆ ਰਹੇ ਆ। ਇਹ ਬੁੱਲਾਂ ਨਾਲ ਅਖਰੋਟ ਵੀ ਭੰਨ ਦਿੰਦੇ ਆ ਤੇ ਕਾਲਾ ਕੋਟ ਐਵੇਂ ਨਹੀਂ ਭੰਨਦੇ। ਮੈਂ ਗੱਲ ਕਰ ਰਿਹਾ ਚਾਚਾ ਚਤਰ ਸਿੰਘ ਜੀ ਦੀ ਉਰਫ ਐਡਵੋਕੇਟ ਢਿੱਲੋਂ ਉਰਫ ਜਸਵਿੰਦਰ ਭੱਲਾ ਜੀ ਦੀ। ਅੱਜ ਇਹਨਾਂ ਦਾ ਜਨਮ ਦਿਨ ਹੈ। ਥੈਂਕ ਯੂ ਸੋ ਵੈਰੀ ਮੱਚ ਸਰ, ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਜਨਮ ਦਿਨ ਵਾਲੇ ਦਿਨ। ਤੇ ਕੀ ਤੁਸੀਂ ਨੋਰਮਲੀ ਆਪਣਾ ਜਨਮ ਦਿਨ ਪਸ਼ੂਆਂ ਦੇ ਨਾਲ ਹੀ ਮਨਾਉਂਦੇ ਹੋ? ਨਹੀਂ ਜੀ, ਐਸੀ ਗੱਲ ਨਹੀਂ। ਫਸਟ ਟਾਈਮ ਮੈਂ ਇਸ ਵਾਰ ਸੋਚਿਆ ਕਿ ਜਨਮਦਿਨ, ਬਾਕੀ ਤਾਂ ਕਦੇ ਡਿਪਾਰਟਮੈਂਟ 'ਚ, ਕਦੇ ਫਰੈਂਡ ਸਰਕਲ, ਕਦੇ ਤੁਹਾਡੇ ਆਰਟਿਸਟ ਤੁਹਾਡੇ ਨਾਲ ਮਿਲਾਉਂਦੇ ਨੇ। ਕੱਲ੍ਹ ਪਤਾ ਲੱਗਿਆ ਕਿ ਸਾਡੇ ਡਿਪਟੀ ਮੇਅਰ ਜੀ ਸ਼ਾਮ ਸੁੰਦਰ ਜੀ ਦਾ ਜਨਮਦਿਨ ਅੱਜ ਹੈ ਅਤੇ ਅੱਜ ਮੇਰਾ ਬਰਥਡੇ ਆ। ਸੋ ਦੋਨਾਂ ਨੇ ਅਸੀਂ ਪਲੈਨ ਕੀਤਾ ਕਿ ਅੱਜ ਕਿਉਂ ਨਾ ਗਊਸ਼ਾਲਾ ਦੇ ਵਿੱਚ ਅਸੀਂ ਬੇਜ਼ੁਬਾਨਾਂ ਦੇ ਨਾਲ ਆਪਣਾ ਜਨਮਦਿਨ ਮਨਾ ਕੇ ਖੁਸ਼ੀਆਂ ਪ੍ਰਾਪਤ ਕਰੀਏ। ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਸਾਰੇ ਸਮੁੱਚੀ ਸੁਸਾਇਟੀ ਨੂੰ ਇੱਕ ਐਸਾ ਪ੍ਰਦਾਨ ਕਰਨ ਪਰਮਾਤਮਾ ਕਿ ਹਰ ਇੱਕ ਦੇ ਮਨ ਦੇ ਵਿੱਚ ਰਹਿਮ ਹੋਵੇ, ਪਿਆਰ ਹੋਵੇ, ਸਤਿਕਾਰ ਹੋਵੇ, ਭਾਈਚਾਰਾ ਵਧੇ ਔਰ ਪਸ਼ੂਆਂ ਲਈ, ਬੇਜ਼ੁਬਾਨਾਂ ਲਈ ਜੋ ਪਿਆਰ ਹੈ ਉਹ ਬਰਕਰਾਰ ਰਹੇ। ਸੋ ਇਸੇ ਕਾਮਨਾ ਨਾਲ ਅੱਜ ਅਸੀਂ ਇੱਥੇ ਬਰਥਡੇ ਮਨਾਉਣ ਆਇਆ ਅਤੇ ਮੈਨੂੰ ਉਮੀਦ ਆ ਪਰਮਾਤਮਾ ਸਾਨੂੰ ਇਸ ਗੱਲ ਲਈ ਆਸ਼ੀਰਵਾਦ ਜ਼ਰੂਰ ਦਊਗਾ। ਥੈਂਕ ਯੂ ਸੋ ਮਚ ਸਰ। ਨੋਰਮਲੀ ਲੋਕਾਂ ਨੇ ਤੁਹਾਡਾ ਕੌਮੇਡੀ ਵਾਲਾ ਪਾਸਾ ਹੀ ਦੇਖਿਆ, ਤੁਸੀਂ ਬਹੁਤ ਜਿਵੇਂ ਕਿ ਸੋਸ਼ਲ ਕੰਮਾਂ ਵਿੱਚ ਵੀ ਜਿੱਦਾਂ ਤੁਸੀਂ ਅੱਜ ਮੈਸੇਜ ਦੇ ਰਹੇ ਹੋ ਪਸ਼ੂਆਂ ਲਈ ਵੀ, ਕੋਈ ਬਹੁਤ ਘੱਟ ਲੋਕ ਸੋਚਦੇ ਹੁੰਦੇ ਆ, ਅਤੇ ਤੁਹਾਨੂੰ ਕੀ ਲੱਗਦਾ ਪਸ਼ੂਆਂ ਦੇ ਵਾਸਤੇ ਤੁਸੀਂ, ਤੁਹਾਡੀ ਸੋਚ ਇੱਦਾਂ ਕਿਵੇਂ ਡਿਵੈਲਪ ਹੋਈ? ਨਹੀਂ, ਐਸੀ ਤਾਂ ਨਹੀਂ ਜੀ ਗੱਲ ਸੋਚ ਦਿੱਤਾ। ਦੇਖੋ, ਗਊਸ਼ਾਲਾ 'ਤੇ ਆ ਕੇ ਮੈਨੂੰ ਇੰਨੀ ਖੁਸ਼ੀ ਮਹਿਸੂਸ ਹੋਈ, ਇੰਨੇ ਲੋਕਾਂ ਨੂੰ ਇੱਥੇ ਮੈਂ ਦੇਖ ਰਿਹਾ ਜਿਵੇਂ ਕੋਈ ਵਿਆਹ ਦਾ ਇਕੱਠ ਹੁੰਦਾ। ਸਵੇਰੇ ਪਹਿਲਾਂ ਇੱਥੇ ਕਥਾ ਹੁੰਦੀ ਆ ਅਤੇ ਉਸ ਤੋਂ ਬਾਅਦ ਫਿਰ ਇੰਨੇ ਗਊਸ਼ਾਲਾ ਜਿੱਥੇ 500 ਤੋਂ ਵੱਧ ਮੈਨੂੰ ਦੱਸਦੇ ਨੇ ਵੀ ਗਾਵਾਂ ਅਤੇ ਮੱਝਾਂ ਨੇ ਔਰ ਇੱਥੇ ਲੋਕ ਆ ਕੇ ਪੇੜੇ ਦਿੰਦੇ ਆ, ਉਹਨਾਂ ਲਈ ਪੱਠੇ ਪਾਉਂਦੇ ਆ। ਸੋ ਸਾਰਿਆਂ ਦੇ ਅਸੀਂ ਤਾਂ ਬਹੁਤ ਪਿੱਛੇ ਹਾਂ, ਪਿਛੋਕੜ ਜਾਂ ਅਸੀਂ ਤਾਂ, ਲੋਕ ਤਾਂ ਬਹੁਤ ਅਗਾਂਹ ਨੇ ਹੁਣ ਤੱਕ। ਸਰ ਇਹ ਤੁਹਾਡਾ ਵੱਡਾ ਬਣਨਾ ਬਸ, ਇਹ ਤੁਹਾਡਾ ਵੱਡਾ ਬਣਨਾ। ਸਰ ਅਸੀਂ ਤਾਂ, ਮੈਂ ਤਾਂ ਤਕਰੀਬਨ ਕਹਿ ਸਕਦੇ ਹੋ ਵੀ ਯੂਨੀਵਰਸਿਟੀ ਐਗਰੀਕਲਚਰ ਦੇ ਵਿੱਚ ਬਤੌਰ ਪ੍ਰੋਫੈਸਰ ਐਂਡ ਹੈੱਡ ਸੇਵਾ ਨਿਭਾ ਰਿਹਾ। ਪਹਿਲਾਂ ਸਾਡੀ ਵੈਟਨਰੀ ਯੂਨੀਵਰਸਿਟੀ 'ਤੇ ਸਾਡੀ ਇਕੱਠੀ ਹੁੰਦੀ ਸੀ, ਪਸ਼ੂਆਂ ਨਾਲ ਤਾਂ ਸਾਡੇ ਵੈਸੇ ਹੀ ਉੱਥੇ ਪਿਆਰ ਬਹੁਤ ਹੈ। ਸੋ ਫਿਰ ਵੀ ਇਸ ਵਾਰ ਪਰਮਾਤਮਾ ਨੇ ਸਮੱਤ ਬਖਸ਼ੀ ਤਾਂ ਅਸੀਂ ਬਰਥਡੇ ਸਵੇਰੇ 10 ਵਜੇ ਸਵੇਰੇ ਉੱਠਦੇ ਹੀ ਲੋਕਾਂ ਦੇ ਬਰਥਡੇ ਦੇ ਵਿਸ਼ਿਜ਼ ਆਉਂਦੇ ਸੀ, ਪਰ ਉਸ ਤੋਂ ਬਾਅਦ ਇਮੀਡੀਏਟਲੀ ਸਾਡੇ ਖੰਨਾ ਸਾਹਿਬ ਨੇ, ਰਾਜੀਵ ਜੀ ਨੇ ਅਤੇ ਸ਼ਾਮ ਸੁੰਦਰ ਜੀ ਨੇ, ਇਹਨਾਂ ਦੇ ਸੁਨੇਹੇ ਗਏ ਅਤੇ ਦਵਾ ਦਾਵੇ ਨੂੰ ਭੱਜਿਆ ਤੋ ਸਾਰਿਆਂ ਦੀ ਵਿੱਚ ਆ ਕੇ ਹਾਜ਼ਰੀ ਲਵਾਈ। ਸੋ ਮੈਨੂੰ ਉਮੀਦ ਆ ਕਿ ਪਰਮਾਤਮਾ ਇਹ ਦਿਨ ਸਾਡੇ ਲਈ ਖੁਸ਼ੀਆਂ ਖੇੜਿਆਂ ਵਾਲਾ ਦਿਨ ਲੱਗੇ। ਥੈਂਕ ਯੂ ਸੋ ਮਚ ਸਰ, ਮੇ ਯੂ ਲਿਵ 100 ਮੋਰ ਈਅਰਸ ਅਤੇ ਅਸੀਂ ਤੁਹਾਡੇ ਨਾਲ ਦੁਬਾਰਾ ਗੱਲ ਕਰਦੇ ਹਾਂ ਥੋੜ੍ਹੀ ਦੇਰ ਤੱਕ। ਤੁਹਾਨੂੰ, ਤੁਸੀਂ ਜੋ ਆਪਣਾ ਪ੍ਰੋਗਰਾਮ ਕੈਰੀ ਔਨ ਕਰੋ, ਅਸੀਂ ਤੁਹਾਡੇ ਨਾਲ 5-10 ਮਿੰਟ। ਪਹਿਲਾਂ ਤਾਂ ਮੈਨੀ ਮੈਨੀ ਹੈਪੀ ਰਿਟਰਨਸ ਆਫ ਦਾ ਡੇ, ਅੱਜ ਤੁਹਾਡਾ ਬਰਥਡੇ ਹੈ, ਤੁਸੀਂ ਸਾਨੂੰ ਟਾਈਮ ਦਿੱਤਾ, ਬਹੁਤ ਬਹੁਤ ਤੁਹਾਡਾ ਥੈਂਕ ਯੂ। ਥੈਂਕ ਯੂ ਵਿਨੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਬਰਥਡੇ ਵਾਲੇ ਦਿਨ ਮੇਰੇ ਕੋਲ ਆਏ ਅਤੇ ਮੈਨੂੰ ਬਰਥਡੇ ਵਿਸ਼ ਕੀਤਾ। ਥੈਂਕ ਯੂ ਵੈਰੀ ਮੱਚ। ਅੱਛਾ ਸਰ, ਤੁਸੀਂ 35-40 ਸਾਲਾਂ ਦਾ ਤਾਂ ਹੋ ਗਏ ਲੱਗਦੇ। ਬਸ 30 ਸਾਲ ਦਾ ਮੈਂ, ਤੁਸੀਂ ਕਿਹਾ ਵੀ ਮੈਂ ਇੰਟਰਟੇਨ ਕਰਦਾ ਆ ਰਿਹਾ, ਮੈਂ ਜੰਮਦੇ ਨੇ ਸੁਰਤ ਸੰਭਾਲ ਲਈ, 31-32 ਸਾਲ ਦਾ ਲਾ ਲਓ। ਬਿਲਕੁਲ ਸਹੀ ਗੱਲ। ਥੈਂਕ ਯੂ ਸੋ ਮਚ ਸਰ। ਮੈਂ ਤੁਹਾਨੂੰ ਪੇੜੇ ਖਵਾਉਂਦੇ ਹੋਏ ਦੇਖ ਰਿਹਾ ਸੀਗਾ ਅਤੇ ਜਿੱਦਾਂ ਤੁਸੀਂ ਗਾਵਾਂ ਨੂੰ ਪੇੜੇ ਖਵਾ ਰਹੇ ਸੀ, ਇੱਦਾਂ ਲੱਗਦਾ ਕਿ ਤੁਸੀਂ ਬਚਪਨ ਤੋਂ ਇਹਨਾਂ ਡੰਗਰਾਂ ਨੂੰ, ਆਪ ਡੰਗਰਾਂ ਦੇ ਵਿੱਚ ਰਹੇ ਹੋ, ਇਹਨਾਂ ਨੂੰ ਤੁਸੀਂ ਪਾਲਿਆ। ਮੈਨੂੰ ਲੱਗਦਾ ਕਿਉਂਕਿ ਤੁਹਾਡਾ ਪਾਲਣ ਪੋਸ਼ਣ ਦੁਰਾਹੇ ਦੇ ਵਿੱਚ ਹੋਇਆ, ਇੱਕ ਪਿੰਡ ਦੇ ਵਿੱਚ ਹੋਇਆ ਕਹਿ ਸਕਦੇ ਆਪਾਂ, ਤੁਸੀਂ ਆਪਣੇ ਆਪ ਨੂੰ ਇੱਕ ਪੇਂਡੂ ਕਹੋਗੇ ਕਿ ਸ਼ਹਿਰੀ ਕਹੋਗੇ? ਕਸਬਾ ਸੀ ਸਾਡਾ ਦੁਰਾਹਾ ਅਤੇ ਉਸ ਦੁਰਾਹੇ ਦੇ ਵਿੱਚ ਮੈਂ ਜੰਮਪਲ, ਉੱਥੇ ਪੜ੍ਹਿਆ, 10ਵੀਂ ਕੀਤੀ। ਮੈਂ 10ਵੀਂ ਦੇ ਵਿੱਚੋਂ ਆਪਣੇ ਬਲੋਕ ਦੇ 20 ਸਕੂਲ ਸੀ ਉਹਨਾਂ 'ਚੋਂ ਫਸਟ ਆਇਆ। ਫਿਰ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ BSc ਐਗਰੀਕਲਚਰ ਦੇ ਵਿੱਚ ਦਾਖਲਾ ਲਿਆ, ਉੱਥੋਂ MSc ਕੀਤੀ। ਫਿਰ ਮੈਂ ADO ਲੱਗ ਗਿਆ, ਐਗਰੀਕਲਚਰ ਡਿਵੈਲਪਮੈਂਟ ਅਫਸਰ। ਫਿਰ ਯੂਨੀਵਰਸਿਟੀ ਪੋਸਟਾਂ ਨਿਕਲੀਆਂ 5 ਸਾਲ ਬਾਅਦ। ਫਿਰ ਮੈਂ ਅਸਿਸਟੈਂਟ ਪ੍ਰੋਫੈਸਰ ਜੁਆਇਨ ਕੀਤਾ ਉੱਥੇ, ਫਿਰ PhD ਕੀਤੀ, ਫਿਰ ਐਸੋਸੀਏਟ ਪ੍ਰੋਫੈਸਰ ਬਣਿਆ, ਫਿਰ ਪ੍ਰੋਫੈਸਰ ਬਣਿਆ। ਹੁਣ ਇਸ ਵੇਲੇ ਮੈਂ ਹੈੱਡ ਆਫ ਦੀ ਡਿਪਾਰਟਮੈਂਟ ਐਕਸਟੈਂਸ਼ਨ ਐਜੂਕੇਸ਼ਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸੇਵਾ ਨਿਭਾ ਰਿਹਾ, ਕਿਉਂਕਿ ਵੈਟਨਰੀ ਕਾਲਜ ਪਹਿਲਾਂ ਸਾਡੇ ਯੂਨੀਵਰਸਿਟੀ ਦੇ ਨਾਲ ਹੁੰਦਾ ਸੀ। ਪਸ਼ੂਆਂ ਨਾਲ ਸਾਡੀਆਂ ਕਲਾਸਿਸ, ਅਸੀਂ ਉਹਨਾਂ ਦੇ ਕੋਰਸਿਸ ਅਟੈਂਡ ਕਰਦੇ ਹੁੰਦੇ ਸੀ। ਸੋ ਬੜਾ ਇੱਕ ਰਾਫਤਾ ਜਿਹਾ ਐਂ ਲੱਗਦਾ ਹੁੰਦਾ ਸੀ ਵੀ ਦੇ ਆਰ ਮੰਗ ਅਸ ਸਾਡੇ 'ਚੋਂ ਹੀ ਆ, ਬਿਕੋਜ਼ ਮੈਨੇਜ ਦ ਸੋਸ਼ਲ ਐਨੀਮਲ ਟੂ। ਸੋ ਉਸ ਕਰਕੇ ਵੀ ਸਾਨੂੰ, ਜਾਂ ਛੋਟੇ ਹੁੰਦੇ ਜਦੋਂ ਮੈਂ 8ਵੀਂ 9ਵੀਂ 'ਚ ਪੜ੍ਹਦਾ ਹੁੰਦਾ ਸੀ, ਸਾਡੇ ਘਰ ਇੱਕ ਗਾਂ ਰੱਖੀ ਹੁੰਦੀ ਸੀ ਜਿਹਦਾ ਨਾਮ ਮੰਗੋ ਹੁੰਦਾ ਸੀਗਾ। ਸੋ ਉਹਨੂੰ ਬਹੁਤ ਪਿਆਰ ਕਰਦੇ ਸੀ ਫੈਮਿਲੀ ਵਾਂਗੂ। ਛੋਟਾ ਜਿਹਾ ਸਾਡਾ ਮਕਾਨ ਸੀ, ਉਹਦੇ ਇੱਕ ਕਮਰੇ ਦੇ ਵਿੱਚ ਗਾਂ ਹੁੰਦੀ ਸੀਗੀ ਅਤੇ ਸਵੇਰੇ ਸਕੂਲ ਜਾਣਾ, ਸਕੂਲ ਆਉਣਾ, ਆ ਕੇ ਉਹਦੇ ਨਾਲ ਖੇਡਣਾ, ਪੱਠੇ ਖਿਲਾਉਣੇ, ਉਹਨਾਂ ਨੂੰ ਪਾਉਣੇ। ਸੋ ਇਸ ਤਰ੍ਹਾਂ ਅੱਜ ਬੜੀ ਦੇਰ ਬਾਅਦ ਮੈਨੂੰ ਉਹ ਅਫੈਕਸ਼ਨ ਲੱਗੀ ਜਦੋਂ ਦੁਬਾਰਾ ਮੈਂ ਗਾਵਾਂ ਦੇ ਵਿੱਚ ਆਇਆ। ਸੋ ਬੜਾ ਅੱਛਾ ਲੱਗਿਆ। ਵੈਰੀ ਵੈਰੀ ਨਾਈਸ ਸਰ। ਸਰ ਸਾਡੇ ਕਈ ਦਰਸ਼ਕਾਂ ਨੂੰ ਨਹੀਂ ਪਤਾ ਕਿ ਤੁਸੀਂ PhD ਵੀ ਕੀਤੀ ਹੋਈ ਹੈ,
ਤੁਸੀਂ ਡਾਕਟਰ ਜਸਵਿੰਦਰ ਭੱਲਾ ਹੈਗੇ ਹੋ ਅਤੇ ਇੰਨਾ ਕੁ ਸੀਰੀਅਸ ਤੁਸੀਂ ਪ੍ਰੋਫੈਸ਼ਨ ਚੂਜ਼ ਕੀਤਾ ਅਤੇ ਇੰਨੇ ਸੀਰੀਅਸ ਪ੍ਰੋਫੈਸ਼ਨ ਦੇ ਵਿੱਚ ਤੁਸੀਂ ਕਮੇਡੀ 'ਚ ਕਿਵੇਂ ਆ ਗਏ? ਕਮੇਡੀ ਜਸਟ ਮੈਂ ਪੰਜਾਬੀ ਫਿਲਮਾਂ ਬਹੁਤ ਦੇਖਦਾ ਹੁੰਦਾ ਸੀ, ਮਿੱਤਲ ਸਾਹਿਬ ਦਾ ਬਹੁਤ ਫੈਨ ਹੁੰਦਾ ਸੀਗਾ, ਜੋ ਕੁਛ ਉਹਨਾਂ ਨੂੰ ਅੱਛਾ ਲੱਗਦਾ ਕਰਦਾ ਜੋ ਕਰਦੇ ਸੀਗੇ ਸਾਨੂੰ ਅੱਛਾ ਲੱਗਦਾ ਸੀ, ਉਹੀ ਕੁਛ ਆਪ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਸਾਡੇ ਪ੍ਰੋਫੈਸਰ ਸੀ ਕਿਸ਼ੋਰ ਰਾਮ ਸ਼ਰਮਾ, ਸਾਡੇ ਗੁਰੂ ਸੀਗੇ ਡਾਂਸ ਡਰਾਮਾ ਮਿਊਜ਼ਿਕ ਕਲੱਬ ਦੇ, ਉਹਨਾਂ ਨੇ ਸਾਨੂੰ ਡਰਾਮਿਆਂ ਦੇ ਵਿੱਚ ਦਾ ਪਿੱਚ ਦੱਸੇ, ਕਾਮੇਡੀ ਦੇ ਟਾਈਮਿੰਗ ਦੱਸੀ, ਆਹ ਟਾਈਮਿੰਗ ਹੁੰਦੀ ਆ ਇੱਥੇ ਪੰਚ ਡਿਲੀਵਰ ਕਰਨਾ ਤਾਂ ਥਰੋ ਅੱਛੀ ਹੋਏਗੀ, ਉਹਦੀ ਲੋਕ ਇੰਜੋਏ ਕਰਨਗੇ। ਸੋ ਉਹੀ ਚੀਜ਼ਾਂ ਛਣਕਾਟਿਆਂ 'ਚ ਕੰਮ ਆਈਆਂ, ਉਹੀ ਚੀਜ਼ਾਂ ਅੱਗੇ ਆ ਕੇ ਫਿਲਮਾਂ 'ਚ ਕੰਮ ਆਈਆਂ। ਓਕੇ ਸਰ, ਤੁਸੀਂ ਛਣਕਾਟੇ ਦਾ ਨਾਮ ਲਿਆ, ਸਾਡੇ ਵਿਊਰਸ ਛਣਕਾਟੇ ਨੂੰ ਬਹੁਤ ਮਿਸ ਕਰਦੇ ਆ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਅਤੇ ਕਾਫੀ ਵਿਊਰਸ ਸਾਨੂੰ ਕਹਿੰਦੇ ਆ ਭੱਲਾ ਸਾਹਿਬ ਨੂੰ ਜ਼ਰੂਰ ਪੁੱਛਣਾ ਛਣਕਾਟਾ ਕਿਆ ਵਾਪਸ ਆਊਗਾ ਜਾਂ ਫਿਲਮ ਆਊਗੀ। ਛਣਕਾਟੇ ਦੇ ਕੈਰੈਕਟਰਸ ਦਿਲਾਂ ਦੇ ਵਸੇ ਹੋਏ ਲੋਕਾਂ ਦੇ। ਛਣਕਾਟਿਆਂ ਦੀਆਂ ਅਸੀਂ ਹੁਣ ਤੱਕ 27 ਐਲਬਮਸ ਕੱਢੀਆਂ ਜੀ, ਅਤੇ ਉਸ ਤੋਂ ਇਲਾਵਾ 27 ਐਲਬਮਸ ਤੋਂ ਇਲਾਵਾ ਹੋਰ ਵੀਡੀਓ ਫਿਲਮਸ ਬਹੁਤ ਆਈਆਂ, ਫੀਚਰ ਫਿਲਮਸ ਬਹੁਤ ਆਈਆਂ, ਪਰ 2009 ਲਾਸਟ ਛਣਕਾਟਾ ਸੀ ਜਿਹੜਾ ਅਸੀਂ ਕੱਢਿਆ ਸੀ ਮਿੱਠੇ ਪਹੁੰਚੇ। ਉਦੋਂ ਬਾਅਦ CD DVD ਚੱਲਣੀਆਂ ਵਿਕਣੀਆਂ ਬੰਦ ਹੋ ਗਈਆਂ, ਅਤੇ ਪ੍ਰੋਡਿਊਸਰਸ ਕਹਿੰਦੇ, ਕੰਪਨੀਜ਼ ਕਹਿੰਦੇ ਵੀ ਜਿੰਨਾ ਪੈਸਾ ਅਸੀਂ ਪ੍ਰੋਡਕਸ਼ਨ 'ਤੇ ਲਾਉਂਦੇ ਹਾਂ ਸਾਡਾ ਤਾਂ ਪੂਰਾ ਨਹੀਂ ਹੁੰਦਾ, ਇੱਕ ਬੰਦਾ ਨੈੱਟ 'ਤੇ CD ਚਾੜ ਦਿੰਦਾ, ਮੁੜ ਕੇ ਸਾਰੇ ਉੱਥੋਂ ਦੇਖੀ ਜਾਂਦੇ ਆ, ਪੈਸੇ ਕਿਹਨੇ ਪੂਰੇ ਕਰਨੇ ਆ। ਇੱਕ ਰਾਹ ਬਾਅਦ ਨੂੰ ਹੁੰਦਾ ਪਰਮਾਤਮਾ ਹੋਰ ਖੋਲ੍ਹ ਦਿੰਦਾ, ਫਿਲਮਾਂ ਸ਼ੁਰੂ ਹੋ ਗਈਆਂ, ਫਿਲਮਾਂ ਦਾ ਦੌਰ ਚੱਲ ਪਿਆ, ਪਰ ਫਿਰ ਵੀ ਜਿੰਨੇ ਲੋਕਾਂ ਦੇ ਫੋਨ ਕਾਲਸ, ਮੈਸੇਜ, ਟੈਲੀਫੋਨਸ ਆਉਂਦੇ ਆ ਵੀ ਤੁਸੀਂ ਛਣਕਾਟਾ ਦੁਆਰਾ ਕਰੋ, ਦੁਆਰਾ ਕਰੋ, ਸੋ ਉਹਨਾਂ ਦੀਆਂ ਫਰਮਾਇਸ਼ਾਂ ਨੂੰ ਮੱਦੇਨਜ਼ਰ ਰੱਖਦੇ ਮੈਂ ਸੋਚ ਰਿਹਾ ਕਿ ਅਸੀਂ ਇੱਕ ਪੰਜਾਬੀ ਫੀਚਰ ਫਿਲਮ ਕਰੀਏ ਜਿਹਦਾ ਨਾਂ ਹੋਵੇ ਛਣਕਾਟਾ, ਔਰ ਟਾਈਟਲ ਹੋਵੇ ਜਿਹਦਾ ਥਾਣੇਦਾਰ ਚਤਰ ਸਿੰਘ। ਵੈਰੀ ਗੁੱਡ, ਵੈਰੀ ਗੁੱਡ। ਉਹਦੇ ਵਿੱਚ ਮੈਂ ਆਪਣੇ ਬੇਟੇ ਪੁਖਰਾਜ ਭੱਲਾ ਨੂੰ ਵੀ ਲਾਂਚ ਕਰੂੰਗਾ, ਔਰ ਵੈਸੇ ਤਾਂ ਉਹ ਹੁਣ ਤੱਕ 4 ਫਿਲਮਾਂ ਕਰ ਚੁੱਕਿਆ, ਜਿਵੇਂ ਫਿਲਮ ਆਈ ਸੀ ਉਹਦੀ ਸਭ ਤੋਂ ਪਹਿਲਾਂ ਸਟੂਪਰ 7, ਫਿਰ RSVP, ਫਿਰ ਫਿਲਮ ਆਈ ਸੀ ਉਹਦੀ ਵਿਸਾਖੀ ਲਿਸਟ, ਅਤੇ ਹੁਣ ਲੇਟੈਸਟ ਉਹਦੀ ਫਿਲਮ ਆਈ ਜਿਹਦਾ ਨਾਂ ਸੀ ਗੋਲਕ ਬੁਗਨੀ ਬੈਂਕ ਦੇ ਬਟੂਆ, ਉਹਦੇ ਵਿੱਚ ਦਾ ਗਾਏ ਹੈਵਿੰਗ ਬਲੂਟੁੱਥ ਐਵਰੀ ਟਾਈਮ ਔਨ ਇਜ਼ ਈਅਰ। ਸੋ ਉਹ ਚੀਜ਼ਾਂ ਲੋਕਾਂ ਨੇ, ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਉਹਦਾ ਰੋਲ। ਸੋ ਉਮੀਦਾ ਇੱਕ ਫਿਲਮ ਹੁਣ ਉਹ ਤਰਸੇਮ ਜੱਸੜ ਜੀ ਨਾਲ ਕਰ ਰਿਹਾ, ਫਿਲਮ ਦਾ ਨਾਂ ਕਾਨੂਗੋ, ਉਹ ਅਜੇ 5 ਤਰੀਕ ਤੋਂ ਕੱਲ੍ਹ ਤੋਂ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਆ। ਵੈਰੀ ਨਾਈਸ ਸਰ, ਉਹਨਾਂ ਦਾ ਅਸੀਂ ਦੇਖਿਆ, ਬਿਲਕੁਲ ਇੱਦਾਂ ਲੱਗਦਾ ਤੁਹਾਡਾ ਪਰਛਾਵਾਂ ਲੱਗਦਾ, ਅਤੇ ਲੱਗਦਾ ਬਹੁਤ ਅੱਗੇ ਅੱਗੇ ਜਾਣਗੇ ਉਹ। ਅਤੇ ਸਰ ਅਸੀਂ ਦੇਖਿਆ ਜਿਹੜੇ ਤੁਸੀਂ ਜਿਹੜੇ ਵੀ ਰੋਲ ਨਿਭਾਉਂਦੇ ਹੋ, ਭਾਵੇਂ ਭਾਨਾ ਹੋ ਗਿਆ, ਭਾਵੇਂ JB ਹੋ ਗਿਆ, ਜਾਂ ਫਿਰ ਚਾਚਾ ਚਤਰ ਸਿੰਘ ਹੋ ਗਏ, ਉਹ ਸਾਨੂੰ ਇੱਦਾਂ ਲੱਗਦਾ ਕਿ ਉਹ ਰੋਲ ਐਕਚੁਅਲ ਦੇ ਵਿੱਚ ਤੁਸੀਂ ਬਣ ਗਏ ਹੋ, ਅਤੇ ਜਿਹੜੀ ਆਡੀਅੰਸ ਹੁੰਦੀ ਹੈ ਉਹ ਤੁਹਾਨੂੰ ਉਸੇ ਨਾਮ ਨਾਲ ਜਾਣਦੀ ਹੈ ਜਦ ਤੱਕ ਤੁਸੀਂ ਅਗਲਾ ਕਰੈਕਟਰ ਨਹੀਂ ਕਰਦੇ। ਤਾਂ ਇਹ ਸਰ ਕਿੱਦਾਂ ਲਿਆਉਂਦੇ ਹੋ ਤੁਸੀਂ ਇੱਦਾਂ ਦਾ? ਇਹ ਜਿਹੜੇ ਲਾਈਵ ਕਰੈਕਟਰਸ ਹੁੰਦੇ ਆ ਨਾ ਕਾਮੇਡੀ, ਕੋਈ ਬੰਦਾ ਘਰੋਂ ਜਾਂ ਕਹਿ ਲਓ ਮਾਂ ਦੇ ਪੇਟ ਵਿੱਚੋਂ ਲੈ ਕੇ ਨਹੀਂ ਪੈਦਾ ਹੁੰਦਾ। ਕਾਮੇਡੀ ਸਾਡੇ ਸਮਾਜ ਦੇ ਵਿੱਚ ਕਰੈਕਟਰਸ ਨੇ ਜਿਹੜੇ ਤੁਹਾਡੇ ਆਲੇ ਦੁਆਲੇ ਵਿਚਰਦੇ ਨੇ, ਉੱਥੋਂ ਹੀ ਕਾਮੇਡੀ ਕ੍ਰੀਏਟ ਹੁੰਦੀ ਹੈ। ਭਾਨਾ ਕਰੈਕਟਰ ਸੀ ਜਿਹੜਾ, ਉਹ ਸਾਡੇ ਛੰਦੜਾਂ ਪਿੰਡ ਦਾ ਇੱਕ ਨੌਜਵਾਨ ਜੱਟ ਬਾਹਮਣ ਪੂਰਾ, ਕਾਲਜ ਦਰਾਹੇ ਪੜ੍ਹਿਆ, ਸਾਰੇ ਜੱਟਾਂ ਨੂੰ ਮੂਹਰੇ ਲਾਈ ਫਿਰਦਾ ਹੁੰਦਾ ਜੀ ਇਕੱਲਾ ਹੀ ਪੰਡਤ, ਔਰ ਉਹਦਾ ਸਟਾਈਲ ਬੋਲਣ ਦਾ ਉਹੀ ਜੋ ਮੈਂ ਉਹਦੇ ਵਿੱਚ ਬੋਲਦਾ, ਯਾ ਕਰਕੇ ਬੋਲਦਾ। ਹੁਣ ਇਸ ਵੇਲੇ ਅਮੈਰੀਕਾ ਫਰਿਜ ਨੂੰ ਰਹਿ ਰਿਹਾ ਉਹ ਭਾਨਾ। ਹਾਂ, ਸੋ ਇਸੇ ਤਰ੍ਹਾਂ ਅਤਰੋ ਚਤਰੋ ਕਰੈਕਟਰ ਸੀ, ਉਹ ਬਠਿੰਡੇ ਦੇ ਸੀਗੇ। ਸੋ ਚਾਚਾ ਚਤਰ ਸਿੰਘ ਕਰੈਕਟਰ ਪੰਜਾਬ ਦਾ ਇੱਕ ਐਸਾ ਚਤਰ ਕਰੈਕਟਰ ਦਿਖਾਇਆ ਵੀ ਜਿਹਨੂੰ ਬੇਵਾਕੀ ਨਾਲ ਬੋਲਦਾ, ਚਾਹੇ ਸਰਕਾਰ ਹੋਵੇ, ਚਾਹੇ ਪੋਲੀਟੀਕਲ ਹੋਵੇ, ਪੋਲੀਟਿਕਸ ਹੋਵੇ, ਸਟਾਇਰ ਉਹਨੇ ਹਰੇਕ 'ਤੇ ਕਰਨਾ। ਸੋ ਉਹ ਆਪਣੀਆਂ ਚਤਰਾਈਆਂ ਨਾਲ, ਤਿੱਖੀਆਂ ਗੱਲਾਂ ਨਾਲ ਲੋਕਾਂ ਨੂੰ ਹਸਾਉਂਦਾ ਵੀ ਆ, ਔਰ ਨਾਲ ਨਾਲ ਡੰਗ 'ਤੇ ਚੋਭਾ ਮਾਰਦਾ ਵੀ ਆ, ਔਰ ਸਮਾਜ ਨੂੰ ਸੋਚਣ ਲਈ ਮਜਬੂਰ ਕਰਦਾ ਵੀ ਇੱਥੇ ਸਾਨੂੰ ਆਹ ਚੇਂਜ ਦੀ ਲੋੜ ਹੈ। ਸੋ ਉਹੀ ਕਰੈਕਟਰ ਅਸੀਂ ਫੋਲੋ ਕੀਤਾ ਸੀ ਉਹਦੇ ਵਿੱਚ ਛਣਕਾਟਿਆਂ 'ਚ। ਵੈਰੀ ਨਾਈਸ। ਸਰ ਦੀ ਕਾਮੇਡੀ ਦੇ ਵਿੱਚ ਵੀ ਸੋਸ਼ਲ ਮੈਸੇਜ ਛੁਪੇ ਹੁੰਦੇ ਆ, ਜਿਹਨੂੰ ਆਪਾਂ ਸਟਾਇਰ ਕਹਿੰਦੇ ਹਾਂ। ਬਹੁਤ ਬਹੁਤ ਖੂਬਸੂਰਤ ਕਾਮੇਡੀ ਦਾ ਫੋਰਮ ਹੈ। ਅਤੇ ਸਰ ਹੁਣ ਅਸੀਂ ਇਸ ਟਾਈਮ ਦਾ ਸਭ ਤੋਂ ਇੰਪੋਰਟੈਂਟ ਕੁਸ਼ਚਨ, ਜਿੱਦਾਂ ਕਟੱਪਾ ਨੇ ਬਾਹੂਬਲੀ ਕੋ ਕਿਉਂ ਮਾਰਾ ਸੀ, ਉੱਦਾਂ ਦਾ ਕੁਸ਼ਚਨ ਹੈਗਾ ਸਾਡੇ ਵਿਊਅਰਸ ਵੱਲੋਂ ਕਿ ਐਡਵੋਕੇਟ ਢਿੱਲੋਂ ਨੇ ਜੇ ਕਾਲਾ ਕੋਟ ਐਵੇਂ ਨਹੀਂ ਪਾਇਆ ਤਾਂ ਕਿਵੇਂ ਪਾਇਆ? ਫਿਲਮ ਆਈ ਸੀ ਚੱਕ ਦੇ ਫੱਟੇ, ਚੱਕ ਦੇ ਫੱਟੇ ਤੋਂ ਬਾਅਦ 2011 ਦੇ ਵਿੱਚ ਸਮੀਪ ਕੰਗ ਜੀ ਦਾ ਮੈਨੂੰ ਫੋਨ ਆਇਆ ਕਿ ਅਸੀਂ ਇੱਕ ਫਿਲਮ ਕਰ ਰਹੇ ਹਾਂ ਕੈਰੀ ਔਨ ਜੱਟਾ, ਅਤੇ ਉਹਦੇ ਵਿੱਚ ਬੀਨੂ ਢਿੱਲੋਂ ਜੀ ਵੀ ਨੇ, ਉਹਦੇ ਵਿੱਚ ਗੁਰਪ੍ਰੀਤ ਘੁੱਗੀ ਵੀ ਨੇ, ਗਿੱਪੀ ਗਰੇਵਾਲ ਵੀ ਨੇ। ਸੋ ਉਹਦੇ ਵਿੱਚ ਤੁਹਾਡਾ ਰੋਲ ਅਸੀਂ ਰੱਖਿਆ ਫਾਦਰ ਦਾ। ਮੈਂ ਕਿਹਾ ਮੈਂ ਤਾਂ ਨਹੀਂ ਕਰਦਾ ਫਾਦਰ ਦਾ ਰੋਲ, ਮੈਂ ਕਿਹਾ ਜਿਵੇਂ ਹੁਣੇ ਬੁੜਾ ਹੋ ਗਿਆ, ਮੈਨੂੰ ਗਾਂਹ ਨੂੰ ਰੋਲ ਕਿਹੜੇ ਚੰਗੇ ਰੋਲ ਕਦੋਂ ਮਿਲਣੇ ਆ ਮੈਨੂੰ ਮੁੰਡਿਆਂ ਖੁੰਡਿਆਂ ਵਾਲੇ। ਮੈਂ ਕਿਹਾ 2 ਸਾਲ ਪਹਿਲਾਂ ਫਿਲਮ ਆਈ ਆ ਚੱਕ ਦੇ ਫੱਟੇ, ਉਹਦੇ ਵਿੱਚ ਘੁੱਗੀ, ਮੈਂ, ਸਮੀਪ ਕੰਗ, ਆਪ, ਵਿਵੇਕ ਸ਼ੌਕ, ਅਸੀਂ ਸਾਰੇ ਇੱਕੋ ਕੁੜੀ 'ਤੇ ਆਸ਼ਕੀ ਮਾਰਦੇ ਹਾਂ, ਅਤੇ ਹੁਣ ਮੈਨੂੰ ਤੁਸੀਂ ਪਿਓ ਬਣਾ ਤਾ, ਮੈਂ ਉੱਥੇ ਫਿਲਮ 'ਚ ਕੀ ਕਰੂੰਗਾ? ਬਿਲਕੁਲ।
ਵਹੁਟੀ ਕਹਿੰਦੇ ਤੁਹਾਡੀ ਹੈ ਨਹੀਂ ਉਹਦੇ 'ਚ, ਉਹ ਵੀ ਕੰਧ 'ਤੇ ਟੰਗੀ ਹੋਈ ਆ ਪਰਬਤ ਕੌਰ। ਮੈਂ ਕਿਹਾ ਫਿਰ ਕਹਿੰਦੇ ਤੁਸੀਂ ਵਕੀਲ ਹੋ। ਮੈਂ ਕਿਹਾ ਵਕੀਲ ਹਾਂ ਅਤੇ ਫਿਰ ਉਹਦੇ 'ਚ ਮੈਂ ਇਹਦਾ ਮਤਲਬ ਕੋਰਟ 'ਤੇ ਕੇਸ ਲੜੂੰਗਾ। ਕਹਿੰਦਾ ਕੋਰਟ ਦਾ ਇੱਕ ਕੇਸ ਵੀ ਨਹੀਂ। ਮੈਂ ਕਿਹਾ ਫਿਰ ਮੈਂ ਕਹਿੰਦਾ ਵਕੀਲ ਹਾਂ ਬਾਈ, ਨਾ ਨਾ ਤੁਸੀਂ ਮੈਨੂੰ ਕੋਈ ਕੋਰਟ ਕੇਸ ਦਿੱਤਾ ਹੈ ਨਾ ਕੁਛ ਹੋਰ, ਅਤੇ ਇਕੱਲਾ ਨਾਂ ਦਾ ਹੀ ਐਡਵੋਕੇਟ ਢਿੱਲੋਂ। ਅਤੇ ਪਹਿਲਾਂ ਐਕਚੁਲੀ ਨਾਂ ਸੀ ਉਹਦਾ ਬਾਜਵਾ ਕਰੈਕਟਰ ਦਾ, ਢਿੱਲੋਂ ਨਾਂ। ਫਿਰ ਮੈਂ ਉਹਨਾਂ ਨੂੰ ਪ੍ਰਪੋਜ਼ ਕੀਤਾ ਵੀ ਢਿੱਲੋਂ ਰੱਖੋ ਨਾਂ। ਫਿਰ ਉਹਦੇ ਵਿੱਚ ਦੋ ਤਕੀਆ ਕਲਾਮ ਜਿਹੜੇ ਕਿ ਫਿਲਮ ਦੇ ਜਿੰਦ ਜਾਨ ਬਣੇ ਮੇਰੇ ਤੋਂ ਬਿਨੂ ਦੀ ਟਾਈਮਿੰਗ ਨੂੰ ਲੈ ਕੇ, ਉਹ ਪਹਿਲਾ ਸੀਗਾ ਆਈ ਗੰਦੀ ਲਾ ਦੇਣਾ ਮਜ਼ਾ ਨਾਲ ਸਵਾਦ, ਔਰ ਦੂਸਰਾ ਸੀ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਸੋ ਉਹ ਚੀਜ਼ਾਂ ਹੁਣ ਕੈਰੀ ਔਨ ਟੂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਦਰਸ਼ਕਾਂ ਨੂੰ, ਜਿਹਦਾ ਹਜੇ ਕੱਲ੍ਹ ਯਾਨੀ ਕਿ 3 ਤਰੀਕ ਨੂੰ ਟ੍ਰੇਲਰ ਲਾਂਚ ਹੋਇਆ। ਦਰਸ਼ਕਾਂ ਨੇ ਟ੍ਰੇਲਰ ਨੂੰ ਬਹੁਤ ਸਰਾਹਿਆ, ਗੱਲਾਂ ਬਾਤਾਂ ਉਹੀ ਨੇ, ਸਟੋਰੀ ਲਾਈਨ ਉਹੀ ਆ, ਪੰਚਿਸ ਨਵੇਂ ਨੇ। ਤਾਂ ਦੋ ਕਰੈਕਟਰ ਦੇ ਵਿੱਚ ਕਰਮਜੀਤ ਅਨਮੋਲ ਅਤੇ ਉਪਾਸਨਾ ਸਿੰਘ ਜੀ, ਉਹ ਨਵੇਂ ਕਰੈਕਟਰ ਨੇ ਉਹਦੇ ਵਿੱਚ। ਉਹਨਾਂ ਨੇ ਉਪਾਸਨਾ ਸਿੰਘ ਨੇ ਮੇਰੀ ਨੌਕਰਾਣੀ ਦਾ ਰੋਲ ਕੀਤਾ, ਔਰ ਕਰਮਜੀਤ ਅਨਮੋਲ ਨੇ ਇਹਦੇ ਵਿੱਚ ਰੋਲ ਕੀਤਾ ਮੇਰੇ ਸਾਲੇ ਦਾ। ਹਾਂ, ਸੋ ਜਿਵੇਂ ਉਹਦੇ ਵਿੱਚ ਸੀ ਗੰਦੀ ਲਾ ਦੇਣਾ ਮਜ਼ਾ ਨਾ ਸਵਾਦ, ਇਹਦੇ ਕਿ ਜਦੋਂ ਕਰਮਜੀਤ ਮੇਰਾ ਸਾਲਾ ਮੈਨੂੰ ਤੰਗ ਕਰਦਾ, ਪੁੱਠੀਆਂ ਗੱਲਾਂ ਕਰਦਾ, ਮੈਂ ਫਿਰ ਗੁੱਸੇ ਨਾਲ ਉਹਨੂੰ ਕਹਿਣਾ ਸਾਲਾ ਇਹੋ ਜਿਹਾ ਗੰਦਾ ਸਾਲਾ, ਨਾ ਚਿੱਟਾ ਨਾ ਕਾਲਾ। ਸੋ ਇਹ ਤਕੀਆ ਕਲਾਮ ਮੇਰੀ ਨਵੀਂ ਫਿਲਮ ਕੈਰੀ ਓਨ ਚੱਟਾ ਪਾਰਟ 2 ਦੇ ਵਿੱਚ ਤੁਹਾਨੂੰ ਦੇਖਣ ਅਤੇ ਸੁਣਨ ਨੂੰ ਮਿਲੂਗਾ। ਓਕੇ ਓਕੇ ਸਰ, ਵੈਰੀ ਨਾਈਸ। ਤੁਸੀਂ ਬੀਨੂ ਢਿੱਲੋਂ ਭਾਅ ਜੀ ਦੀ ਗੱਲ ਕੀਤੀ, ਤਾਂ ਅਸੀਂ ਦੇਖਿਆ ਤੁਹਾਡਾ ਇੱਕ ਜਿਹੜਾ ਕੰਬੀਨੇਸ਼ਨ ਬੰਦਾ ਨਾ, ਉਹ ਅਲੱਗ ਲੈਵਲ 'ਤੇ ਕਮੇਡੀ ਨੂੰ ਲੈ ਜਾਂਦਾ, ਆਪਾਂ ਹਿੰਦੀ ਫਿਲਮਾਂ 'ਚ ਵੀ ਇੱਦਾਂ ਦੀ ਨਹੀਂ ਦੇਖਦੇ। ਤਾਂ ਤੁਹਾਡੇ ਕਿਆ ਫੇਵਰੇਟ ਕਲਾਕਾਰਾਂ 'ਚੋਂ ਨੇ ਜੋ ਤੁਹਾਡੇ ਪਾਰਟਨਰਸ ਜਿਹੜੇ ਤੁਹਾਨੂੰ ਮਿਲਦੇ ਹੈ, ਕਿਆ ਉਹਨਾਂ 'ਚੋਂ ਇੱਕ ਨੇ? ਦੇਖੋ, ਹਰ ਇੱਕ ਕਲਾਕਾਰ ਦਾ ਆਪੋ ਆਪਣਾ ਸਟਾਈਲ ਹੁੰਦਾ ਬੋਲਣ ਦਾ, ਗੱਲ ਕਰਨ ਦਾ। ਬੀਨੂ ਜੀ ਨੇ ਬਹੁਤ ਸਟਰਗਲ ਕੀਤੀ ਪਹਿਲਾਂ ਜਦੋਂ ਪੜ੍ਹਦੇ ਹੁੰਦੇ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਹੀ, ਉਦੋਂ ਤੋਂ ਹੀ ਭੰਗੜੇ ਦਾ ਬਹੁਤ ਅੱਛਾ ਪਲੇਅਰ ਸੀ। ਫਿਰ ਡਰਾਮੇ ਦੇ ਵਿੱਚ ਹੋਰ ਸਾਰੇ ਪਾਸੇ ਉਹਨਾਂ ਨੇ ਪਾਰਟੀਸਪੇਟ ਕੀਤਾ। ਫਿਰ ਅਸੀਂ ਇੱਕ ਪਲੇ ਲੈ ਕੇ ਗਏ ਸੀ ਜਿਹਦਾ ਨਾਂ ਸੀ ਨੋਟੀ ਬਾਬਾ ਇਨ ਟਾਊਨ। ਉਹ ਪਲੇ ਅਸੀਂ ਅਮੈਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ ਦੋ ਵਾਰੀ ਖੇਡਿਆ ਔਰ ਇੰਨਾ ਹਿੱਟ ਹੋਇਆ। ਉਹਦੀ ਸ਼ੂਟਿੰਗ ਤੋਂ ਬਾਅਦ ਸਾਡੀ ਸ਼ੂਟਿੰਗ ਹੋਈ ਕੈਰੀ ਓਨ ਜੱਟਾ ਦੀ 2011 'ਚ। ਉਹ ਅਸੀਂ 10 ਦੇ ਵਿੱਚ ਲੈ ਕੇ ਗਏ ਸੀ ਪਲੇ। ਉਦੋਂ ਤੱਕ ਦੋ ਫਿਲਮਾਂ ਹੋਰ ਹਿੱਟ ਹੋ ਚੁੱਕੀਆਂ ਸੀ, ਮੇਲ ਕਰਾ ਦੇ ਰੱਬਾ ਔਰ ਜਿਹਨੇ ਮੇਰਾ ਦਿਲ ਲੁੱਟਿਆ। ਪਰ ਇਹਨਾਂ ਤੋਂ ਇਲਾਵਾ ਮਾਹੌਲ ਠੀਕ ਆ ਫਿਲਮ, ਹੋਰ ਬਹੁਤ ਸਾਰੀਆਂ ਫਿਲਮਾਂ ਆਈਆਂ ਸੀਗੀਆਂ ਜਿਹੜੀਆਂ ਹਿੱਟ ਹੋ ਚੁੱਕੀਆਂ ਸੀਗੀਆਂ। ਸੋ ਉਹਦੇ ਕਰਕੇ ਬੀਨੂ ਜੀ ਨਾਲ ਪਲੇ ਕਰਕੇ ਟਾਈਮਿੰਗ ਬਹੁਤ ਅੱਛੀ ਬਣ ਗਈ ਸੀ। ਫਿਰ ਫਿਲਮਾਂ ਦੇ ਵਿੱਚ ਟਾਈਮਿੰਗ ਬਹੁਤ ਅੱਛੀ ਹੋ ਗਈ ਸੀਗੀ। ਸੋ ਉਹ ਫਿਰ ਗੱਲਾਂ ਬਾਤਾਂ ਜਿਹੜੀਆਂ ਟਾਈਮਿੰਗ ਸੀ, ਪੰਚਿਸ ਮੇਰੇ ਲਿਖੇ ਹੋਏ ਸੀ, ਨਰੇਸ਼ ਕਥੂਰੀਆ ਜੀ ਦੇ ਆਲਰੇਡੀ ਬਹੁਤ ਅੱਛੇ ਪੰਚ ਲਿਖੇ ਹੋਏ ਸੀਗੇ, ਪਰ ਜਦੋਂ ਉਹਨਾਂ ਪੰਚਸ ਨੂੰ ਹੋਰ ਤੜਕਾ ਲੱਗ ਜਾਂਦਾ ਸੀ ਤਕੀਆ ਕਲਾਮ ਦਾ, ਅਤੇ ਜਿਹੜੀ ਅੱਧਾ ਡਾਇਲੋਗ ਮੈਂ ਬੋਲਦਾ ਸੀ ਅਤੇ ਅੱਗੋਂ ਬੀਨੂ ਜੀ ਨੂੰ ਅੱਧਾ ਡਾਇਲੋਗ ਦਿੱਤਾ ਹੋਇਆ ਸੀ, ਤੂੰ ਆਹ ਬੋਲਣਾ, ਵੀ ਜਿਵੇਂ ਕਿਹਾ ਵੀ ਕਾਲਾ ਕੋਟ ਐਵੇਂ ਨਹੀਂ ਪਾਇਆ, ਹਰ ਵਾਰੀ ਠੰਡ ਲੱਗਦੀ ਤਾਂ ਪਾਇਆ, ਰਫੂ ਕਰਾ ਕੇ ਪਾਇਆ, ਲਾਈਕ ਦੈਟ। ਇੱਦਾਂ ਦੇ ਜੋ ਜੋ ਕਾਊਂਟਰ ਪੰਚ ਸੀ ਉਹਨਾਂ ਨਾਲ ਹੋਰ ਨਿਖਾਰ ਆ ਗਿਆ। ਸੋ ਉਸ ਤੋਂ ਬਾਅਦ ਲੋਕਾਂ ਨੇ ਪਿਆਰ ਕਰਨਾ ਸ਼ੁਰੂ ਕੀਤਾ ਦੋਨਾਂ ਕਰੈਕਟਰਸ, ਦੋਨੋਂ ਐਡਵੋਕੇਟ ਢਿੱਲੋਂ ਦਾ ਕਰੈਕਟਰ ਔਰ ਗੋਲਡੀ ਇਹਦਾ ਮੈਨੂੰ ਦਾ ਕਰੈਕਟਰ, ਦੋਨਾਂ ਨੂੰ ਸਾਨੂੰ ਜੁਆਇੰਟਲੀ ਬੈਸਟ ਕਾਮੇਡੀ ਐਕਟਰ ਦਾ ਅਵਾਰਡ ਮਿਲਿਆ ਉਸ ਫਿਲਮ ਦੇ ਵਿੱਚ, PTC ਅਵਾਰਡ ਵੱਲੋਂ 2012 ਦੇ ਵਿੱਚ। ਮੈਨੀ ਮੈਨੀ ਕੰਗਰੈਟ ਸਰ, ਤੁਸੀਂ ਹਮੇਸ਼ਾ ਹੀ ਹਰ ਸਾਲ ਬੈਸਟ ਕਮੇਡੀਅਨ, ਬੈਸਟ ਐਕਟਰ ਦੇ ਅਵਾਰਡ ਦੇ ਤੁਸੀਂ ਡਿਜ਼ਰਵ ਕਰਦੇ ਹੋ, ਅਤੇ ਅਵਾਰਡ ਤੁਹਾਡੇ ਤੋਂ ਮਤਲਬ ਤੁਸੀਂ ਅਵਾਰਡਸ ਤੋਂ ਉੱਤੇ ਹੋ ਮੇਰੇ ਹਿਸਾਬ ਨਾਲ, ਆਪਣੇ ਪਰਸਨਲ ਹਿਸਾਬ ਦੇ ਨਾਲ। ਅਤੇ ਸਰ ਆਈ ਐਮ ਸ਼ੋਰ ਤੁਹਾਨੂੰ ਹਿੰਦੀ ਮੂਵੀਜ਼ ਵੀ ਬਹੁਤ ਔਫਰ ਹੋ ਰਹੀਆਂ ਹੋਣੀਆਂ ਬੋਲੀਵੁੱਡ ਦੇ ਵਿੱਚ, ਅਤੇ ਜੇ ਵਧੀਆ ਰੋਲ ਤੁਹਾਨੂੰ ਕੋਈ ਬਹੁਤ ਵਧੀਆ ਰੋਲ ਮਿਲੇ, ਤੁਸੀਂ ਹਿੰਦੀ ਮੂਵੀ ਕਰੋਗੇ ਜਾਂ ਕਰ ਰਹੇ ਹੋ, ਕੁਛ ਦੱਸੋਗੇ ਸਾਡੇ ਦਰਸ਼ਕਾਂ ਨੂੰ? ਹਿੰਦੀ ਮੂਵੀ ਤਾਂ ਮੈਨੂੰ ਬਹੁਤ ਸਾਲ ਪਹਿਲਾਂ ਔਫਰ ਆ ਗਈ ਸੀ, ਤਕਰੀਬਨ ਕੋਈ 97-98 'ਚ, ਔਰ ਉਹ ਵੀ ਵੀਨਸ ਕੰਪਨੀ ਵੱਲੋਂ ਜਿਨ੍ਹਾਂ ਨੇ ਆਮਿਰ ਖਾਨ ਦੀ ਫਿਲਮ ਮੇਲਾ ਕੀਤੀ ਸੀ। ਅੱਛਾ ਜੀ। ਔਰ ਮੇਲਾ ਦੇ ਵਿੱਚ ਜਿਹੜਾ ਰੋਲ ਜੌਨੀ ਲੀਵਰ ਜੀ ਨੇ ਕੀਤਾ, ਅਤੇ ਉਹ ਮੈਨੂੰ ਔਫਰ ਹੋਈ ਸੀ। ਪਹਿਲਾਂ ਉਹ ਭੱਟੀ ਜੀ ਨੇ ਕਰਨਾ ਸੀ ਰੋਲ, ਜਸਪਾਲ ਜੀ ਨੇ, ਪਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ, ਕਿਉਂਕਿ ਮੇਰਾ ਛਣਕਾਟਾ ਉਸ ਵੇਲੇ ਬਹੁਤ ਹਿੱਟ ਹੋ ਗਿਆ ਸੀ, ਉਹਦੇ ਵਿੱਚ ਕਰੈਕਟਰ ਚਾਚਾ ਚਤਰ ਸਿੰਘ ਦਾ ਔਰ ਹੋਰ ਬੜੇ ਅੱਛੇ ਕਰੈਕਟਰ ਸੀ ਜਿਹੜੇ ਤਾਇਆ ਫੁੰਮਣ ਸਿੰਘ ਵਗੈਰਾ, ਉਹ ਸਾਰੇ ਪਾਪੂਲਰ ਹੋ ਚੁੱਕੇ ਸੀ ਕਰੈਕਟਰ। ਸੋ ਉਹਨਾਂ ਨੇ ਔਫਰ ਕੀਤੀ ਸੀ, ਅਤੇ ਬਸ ਕਹਿ ਲਓ ਵੀ ਕਿਸੇ ਕਾਰਨ ਕਰਕੇ ਉਹ ਸਿਰੇ ਨਹੀਂ ਚੜ੍ਹ ਸਕਿਆ ਥੋੜ੍ਹਾ ਜਿਹਾ। ਮੈਂ ਵੀ ਉਦੋਂ ਹਵਾ 'ਚ ਆਇਆ ਹੋਇਆ ਸੀ, ਮੈਂ ਹਿੰਦੀ ਤੋਂ ਕੀ ਲੈਣਾ ਜੀ, ਮੈਂ ਤਾਂ ਪੰਜਾਬੀ ਜੀ ਬਹੁਤ ਹਾਂ, ਅਤੇ ਮੈਂ ਉੱਥੇ ਜਾ ਕੇ ਕੀ ਕਰਨਾ ਹਿੰਦੀ ਫਿਲਮਾਂ ਦੇ ਵਿੱਚ। ਇੱਕ ਥੋੜ੍ਹਾ ਜਿਹਾ ਝਾਕਾ ਵੀ ਸੀ, ਹਿੰਦੀ ਬੋਲਣੀ ਨਹੀਂ ਆਉਂਦੀ ਸੀ ਬਹੁਤੀ, ਹੁਣ ਕਿਹੜਾ ਆਉਂਦੀ ਹੋ ਚੰਗੀ ਤਰ੍ਹਾਂ। ਅਤੇ ਪੰਜਾਬੀ ਤਾਂ ਆਪਣੀ ਮਾਤ ਭਾਸ਼ਾ, ਜਿੱਥੇ ਸਾਡਾ ਕਮਾਂਡ ਵੀ ਆ ਅੱਛੀ
ਅਸੀਂ ਬੋਲ ਕੇ ਖੁਸ਼ੀ ਪ੍ਰਾਪਤ ਕਰਦੇ ਹਾਂ। ਸੋ ਇਸ ਕਰਕੇ ਉਹ ਫਿਲਮ ਮੇਰੇ ਕੋਲੋਂ ਮਿਸ ਹੋ ਗਈ ਔਰ ਮੈਨੂੰ ਉਸ ਫਿਲਮ ਦਾ ਪਛਤਾਵਾ ਵੀ ਰਿਹਾ, ਪਰ ਰੱਬ ਜੋ ਕਰਦਾ ਚੰਗਾ ਕਰਦਾ। ਉਹ ਫਿਲਮ ਜਿਹੜਾ ਜੌਨੀ ਲੀਵਰ ਜੀ ਨੇ ਕੀਤਾ ਉਹਦੇ ਵਿੱਚ ਉਹਨਾਂ ਨੇ ਕੋਈ ਇੱਕ ਅੱਧਾ ਸੀਨ ਇਸ ਤਰ੍ਹਾਂ ਦਾ ਕਰਤਾ ਸੀ ਜਿਹੜਾ ਬੜਾ ਕੰਟਰੋਵਰਸ਼ੀਅਲ ਹੋਇਆ ਸੀ ਅਤੇ ਉਹਦੇ ਕਰਕੇ ਕੰਟਰੋਵਰਸੀ ਹੋਰ ਕਰਕੇ ਲੋਕਾਂ ਨੇ ਬਹੁਤ ਉਹਨੂੰ ਮਾੜਾ ਕਿਹਾ ਸੀ ਵੀ ਬੀਇੰਗ ਸਰਦਾਰ ਇੱਦਾਂ ਕਰਦਾ ਕਿਉਂ ਦਿਖਾਇਆ, ਲਾਈਕ ਦੈਟ ਕੋਈ ਪਿਸ਼ਾਬ ਛੂ ਵਾਲਾ ਸੀਨ ਸੀ ਕੋਈ ਜਿਹੜਾ ਉਹ ਗੱਡੀ 'ਚ ਦਿਖਾਇਆ। ਤਾਂ ਫਿਰ ਮੈਂ ਕਿਸਮ ਥੈਂਕਸ ਵੀ ਕਰਦਾ ਵੀ ਚਲੋ ਚੰਗਾ ਮੈਂ ਨਹੀਂ ਕੀਤਾ, ਵੀ ਉਸ ਵੇਲੇ ਫਿਰ ਬੰਦਾ ਜਦੋਂ ਹਿੰਦੀ ਮੂਵੀ 'ਚ ਜਾਂਦਾ ਫਿਰ ਬਹੁਤਾ ਅੜ ਕੇ ਕਹਿ ਵੀ ਨਹੀਂ ਸਕਦਾ ਯਾਰ ਮੈਂ ਇਹ ਡਾਇਲੋਗ ਨਹੀਂ ਬੋਲੂੰਗਾ, ਇਹ ਬਾਤ ਨਹੀਂ ਕਰਨੀ, ਮੈਨੇ ਇਹ ਨਹੀਂ ਕਰਨਾ, ਹੈ ਨਾ, ਕਿਉਂਕਿ ਇੰਨੇ ਉਸ ਵੇਲੇ ਮੈਚਿਓਰ ਇਨਫ ਨਹੀਂ ਹੁੰਦੇ ਜਾਂ ਇੰਨੇ ਕੁ ਅਸੀਂ ਕਿ ਆਪਣੀਆਂ ਟਰਮਸ ਕੰਡੀਸ਼ਨ 'ਤੇ ਡਾਇਰੈਕਟਰ ਨੂੰ ਡਿਕਟੇਟ ਕਰੀਏ ਵੀ ਨਹੀਂ। ਹੁਣ ਤਾਂ ਜੀ ਉਹ ਸਟੇਜ ਪਰਮਾਤਮਾ ਨੇ ਲੈ ਆਉਂਦੀ ਆ ਵੀ ਸਾਡਾ ਕਿਹੜਾ ਮੰਨ ਲੈਂਦੇ ਆ ਜੋ ਸੀਐਸ਼ਨ ਦਿੰਦੇ ਹਾਂ, ਪਰ ਦੈਟ ਟਾਈਮ ਵਾਸ ਟੂ ਅਰਲੀ, ਹੈ ਨਾ। ਸੋ ਪਰ ਕਹਿੰਦੇ ਹੁੰਦੇ ਆ ਨਾ ਵੀ ਇਨਸਾਨ ਨੂੰ ਸਮੇਂ ਤੋਂ ਪਹਿਲਾਂ ਕਿਸਮਤ ਤੋਂ ਵੱਧ ਕਦੇ ਨਹੀਂ ਮਿਲਦਾ। ਸੋ ਹੁਣ ਵੀ ਬਹੁਤ ਸਾਰੀਆਂ ਆਫਰਸ ਆਉਂਦੀਆਂ ਨੇ, ਇੱਕ ਹੁਣ ਰਮੇਸ਼ ਕਿਹੜੇ ਨੇ ਆਪਣੇ ਜਿਹੜੇ ਸਿੰਗਰ ਨੇ ਉਹ ਰਸ਼ਮੀਆ ਕੀ ਉਹਦਾ ਨਾਮ, ਹਿਮੇਸ਼ ਰਸ਼ਮੀਆ, ਹਿਮੇਸ਼ ਜੀ। ਸੋ ਉਹਨਾਂ ਦਾ ਬਹੁਤ ਅੱਛਾ ਇੱਕ ਫਿਲਮ ਬਣ ਰਹੀ ਸੀ, ਮਾਮੇ ਦਾ ਕਿਰਦਾਰ ਸੀ, ਪਰ ਉਸ ਵੇਲੇ ਮੇਰੀ ਇੱਧਰ ਕੋਈ ਪਹਿਲੇ ਟਰੈਕ ਕੋਈ ਫਿਲਮ ਚੱਲ ਰਹੀ ਸੀ ਆਲਰੇਡੀ, ਸੋ ਹਿਮੇਸ਼ ਵਾਲੀ ਫਿਲਮ ਮੈਂ ਉਹ ਮਿਸ ਕਰ ਬੈਠਾ। ਸੋ ਹਜੇ ਕੁਛ ਬਣ ਨਹੀਂ ਰਿਹਾ। ਹੁਣ ਯਮਲਾ ਪਗਲਾ ਦੀਵਾਨਾ ਦੇ ਵਿੱਚ ਉਹ ਮੈਨੂੰ ਲੈਣਾ ਚਾਹੁੰਦੇ ਸੀ, ਮੈਨੂੰ ਸੁਨੇਹਾ ਆਇਆ, ਪਰ ਉਹ ਰੋਲ ਬੜਾ ਛੋਟਾ ਸੀ। ਉਹ ਕਹਿੰਦੇ ਨਹੀਂ ਜਸਵਿੰਦਰ ਅਸੀਂ ਜੇ ਤੁਹਾਨੂੰ ਯੂਜ਼ ਕਰਾਂਗੇ ਤਾਂ ਕਿਸੇ ਅੱਛੇ ਰੋਲ 'ਚ ਕਰਾਂਗੇ, ਅਤੇ ਫਿਰ ਬਿੰਨੂ ਜੀ ਰੋਲ ਕਰਕੇ ਆਏ ਇੱਕ ਹੋਰ ਉਹਦੇ ਵਿੱਚ, ਅਤੇ ਬਾਕੀ ਜਦੋਂ ਕਿਸਮਤ ਹੋਈ ਫਿਰ ਹਿੰਦੀ 'ਚ ਵੀ ਆ ਜਾਵਾਂਗੇ। ਡੈਫੀਨੇਟਲੀ ਸਰ, ਤੁਸੀਂ ਜਦੋਂ ਵੀ ਆਓਗੇ ਜੋ ਵੀ ਕੰਮ ਕਰੋਗੇ ਸਭ ਤੋਂ ਵਧੀਆ ਕਰੋਗੇ। ਅਤੇ ਹੁਣ ਅਸੀਂ ਆਲਰੇਡੀ ਜਾਣਦੇ ਹਾਂ ਕੈਰੀ ਔਨ ਜੱਟਾ 2 ਦਾ ਟ੍ਰੇਲਰ ਆ ਚੁੱਕਾ ਵਾ, ਅਤੇ ਇਹਦੀ ਪਬਲਿਸਿਟੀ ਵੀ ਬਹੁਤ ਆ, ਤੁਸੀਂ ਲੇਕਿਨ ਤੁਹਾਡੀ ਜੋ ਹੋਰ ਮੂਵੀਜ਼ ਆ ਰਹੀਆਂ ਉਹਨਾਂ ਬਾਰੇ ਵੀ ਦੱਸੋ, ਹੋਰ ਤੁਹਾਡੇ ਕੀ ਸ਼ੋਜ਼ ਮੂਵੀਜ਼ ਆ ਰਹੀਆਂ? ਹੋਰ ਮੂਵੀਜ਼ ਮੇਰੀ ਇੱਕ ਤਾਂ ਹੁਣ ਰਿਲੀਜ਼ ਹੋਈ ਆ ਜੀ ਗੋਲਕ ਬੁਗਨੀ ਬੈਂਕ 'ਤੇ ਬਟੂਆ, ਡਿਮੋਨੀਟੇਸ਼ਨ 'ਤੇ ਮੂਵੀ ਸੀ, ਨੋਟਬੰਦੀ 'ਤੇ ਲੋਕਾਂ ਨੇ ਬਹੁਤ ਪਸੰਦ ਕੀਤੀ, ਥੈਂਕਸ ਟੂ ਪਬਲਿਕ। ਔਰ ਦੂਸਰੀ ਫਿਲਮ ਇਸ ਤੋਂ ਬਾਅਦ ਜਿਹੜੀ ਆਊਗੀ ਕੈਰੀ ਔਨ ਜੱਟਾ ਪਾਰਟ 2 1 ਜੂਨ ਨੂੰ, ਔਰ 15 ਅਗਸਤ ਨੂੰ ਫਿਲਮ ਆਏਗੀ ਮਿਸਟਰ ਐਂਡ ਮਿਸਿਸ 420 ਰਿਟਰਨ। ਉਹਦਾ ਪਹਿਲਾ ਪਾਰਟ ਬਹੁਤ ਹਿੱਟ ਗਿਆ ਔਰ ਪਾਰਟ 2 ਆਏਗਾ। ਔਰ ਇਸ ਤੋਂ ਇਲਾਵਾ 3-4 ਹੋਰ ਮੂਵੀਜ਼ ਨੇ ਜਿਵੇਂ ਮੈਂ ਕਰਕੇ ਆਇਆ ਜਾਂ ਕਰ ਰਿਹਾ ਹਜੇ, ਜਿਹਨਾਂ ਵਿੱਚ ਨਾਂ ਨੇ ਦਿਲ ਹੋਣਾ ਚਾਹੀਦਾ ਜਵਾਨ, ਉਹ ਫਿਲਮ ਹੈ ਹੀ ਮੇਰੇ 'ਤੇ ਆ। ਓਕੇ, ਵੈਰੀ ਨਾਈਸ। ਉਹਦੇ 'ਚ ਮੁੰਡਿਆਂ ਨੂੰ ਹੀਰੋ ਬਣਾਇਆ ਉਹਨਾਂ ਨੇ। ਸੋ ਇੱਕ ਫਿਲਮ ਅਸੀਂ ਕਰ ਰਹੇ ਹਾਂ ਬਿੰਨੂ ਜੀ ਨਾਲ, ਵਧਾਈਆਂ ਜੀ, ਵਧਾਈਆਂ। ਇੱਕ ਫਿਲਮ ਕਰ ਰਿਹਾ ਮੈਂ ਗਿੱਪੀ ਜੀ ਨਾਲ, ਮਰ ਗਿਓ ਲੋਕੋ, ਔਰ ਇੱਕ ਫਿਲਮ ਹੈ ਜਿਹਦਾ ਨਾਂ ਹੈ ਮੈਰਿਜ ਪੈਲੇਸ। ਓਕੇ, ਸੋ ਇੰਨੀਆਂ ਕੁ ਹਜੇ ਪਾਈਪਲਾਈਨ 'ਚ ਹੈਗੀਆਂ ਨੇ, ਫਿਰ ਜਦੋਂ ਇਹ ਰਿਲੀਜ਼ ਹੋ ਜਾਂਦੀਆਂ ਫਿਰ ਹੋਰ ਤੁਰ ਪੈਂਦੀਆਂ। ਵੈਰੀ ਨਾਈਸ, ਵੈਰੀ ਨਾਈਸ। ਬਹੁਤ ਸਾਰੀ ਫਿਲਮਾਂ ਤੁਹਾਡੀਆਂ ਆ ਰਹੀਆਂ, ਅਤੇ ਹੁਣ ਸਰ ਇੰਨੀਆਂ ਤੁਹਾਡੀ ਫਿਲਮਾਂ ਆ ਰਹੀਆਂ ਪਲੱਸ ਤੁਹਾਡੀ ਆ ਚੁੱਕੀਆਂ, ਤੁਹਾਡਾ ਅੱਜ ਤੱਕ ਦਾ ਸਭ ਤੋਂ ਫੇਵਰੇਟ ਕਿਰਦਾਰ ਕੈਰੈਕਟਰ ਜਿਹਨੂੰ ਆਪਾਂ ਕਹਾਂਗੇ, ਤੁਹਾਨੂੰ ਸਭ ਤੋਂ ਜ਼ਿਆਦਾ ਮਜ਼ਾ ਜਿਹਦੇ 'ਚ ਆਇਆ ਹੋਵੇ, ਤੁਹਾਨੂੰ ਅੱਜ ਵੀ ਯਾਦ ਹੋਵੇ, ਕਿਹੜਾ ਕੈਰੈਕਟਰ ਤੁਸੀਂ ਆਪਣਾ ਫੇਵਰੇਟ ਕਹੋਗੇ? ਗੰਦੀ ਲਾ ਦੇਣਾ ਮਜ਼ਾ ਨਾ ਸਵਾਲ, ਸਾਰਿਆਂ ਨੇ ਇੰਨਾ ਪਸੰਦ ਕੀਤਾ ਢਿੱਲੋਂ ਦਾ ਕਰੈਕਟਰ, ਔਰ ਉਹੀ ਕਰੈਕਟਰ ਇਸ ਫਿਲਮ ਦੇ ਵਿੱਚ ਹੈ, ਅਤੇ ਐਡਵੋਕੇਟ ਢਿੱਲੋਂ, ਅਤੇ ਉਹੀ ਮਜ਼ੇ ਤੁਹਾਨੂੰ ਇਹਦੇ 'ਚ ਦੇਖਣ ਸੁਣਨ ਨੂੰ ਮਿਲਣਗੇ ਜਿਹੜੇ ਤੁਸੀਂ ਪਹਿਲੇ 'ਚ ਇੰਜੋਏ ਕੀਤੇ। ਫਿਰ ਇੱਕ ਫਿਲਮ ਆਈ ਸੀ ਸਾਡੀ ਡੈਡੀ ਕੂਲ ਮੁੰਡੇ ਫੂਲ, ਉਹਦੇ 'ਚ ਵੀ ਮੇਰਾ ਰੋਲ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਮੇਰੇ 2 ਬੇਟੇ ਹੁੰਦੇ ਸੀ ਜਿਨ੍ਹਾਂ ਨੂੰ ਕਹਿੰਦਾ ਸੀ ਹਲੇ 2 ਜੰਮੇ 2 ਨਿਕੰਮੇ। ਸੋ ਬਹੁਤ ਸਾਰੀਆਂ ਫਿਲਮਾਂ ਨੇ, ਜੱਟ ਜੂਲੀਅਟ ਪਾਰਟ 1, ਪਾਰਟ 2, ਸਰਦਾਰ ਜੀ ਪਾਰਟ 1, ਸਰਦਾਰ ਜੀ 2, ਸੋ ਹੋਰ ਇੱਕ ਮੁੰਡੇ ਕਮਾਲ ਦੇ, ਬਹੁਤ ਸਾਰੀਆਂ ਫਿਲਮਾਂ ਨੇ, ਹੁਣ ਤਾਂ ਯਾਦ ਨਹੀਂ 50-60 ਫਿਲਮਾਂ ਹੋ ਗਈਆਂ, ਨਾਮ ਵੀ ਨਹੀਂ ਯਾਦ ਹੁਣ ਤਾਂ ਕਿੰਨੀਆਂ ਹੋ ਗਈਆਂ। ਬਿਲਕੁਲ ਬਿਲਕੁਲ ਸਰ। ਅੱਛਾ ਸਰ, ਸਾਡਾ ਚੈਨਲ ਹੈਗਾ ਲੁਧਿਆਣਾ ਪੋਸਟ, ਅਤੇ ਤੁਸੀਂ ਵੀ ਲੁਧਿਆਣੇ ਦੇ ਵਾਸੀ ਹੋ, ਅਤੇ ਅਸੀਂ ਲਈ ਅਸੀਂ ਤੁਹਾਡਾ ਮੈਸੇਜ ਲੁਧਿਆਣੇ ਵਾਸੀਆਂ ਲਈ ਕੋਈ ਮੈਸੇਜ ਜਾਂ ਲੁਧਿਆਣੇ ਬਾਰੇ ਤੁਸੀਂ ਕੁਛ ਸੋਚਦੇ ਹੋ ਕਿ ਆਪਾਂ ਕਿੱਦਾਂ ਲੁਧਿਆਣੇ ਨੂੰ ਥੋੜ੍ਹਾ ਬੈਟਰ ਕਰ ਸਕਦੇ? ਲੁਧਿਆਣੇ ਨੂੰ ਬੈਟਰ ਸਾਰਿਆਂ ਦੇ ਸਹਿਯੋਗ ਨਾਲ ਹੀ ਕਰ ਸਕਦੇ ਹਾਂ, ਔਰ ਮੈਨੂੰ ਦੱਸਦਿਆਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਵੱਛ ਪੰਜਾਬ ਜਿਹੜਾ ਕਿ ਸਵੱਛ ਇੰਡੀਆ ਮੁਹਿੰਮ ਦਾ ਇੱਕ ਪਾਰਟ ਹੈ, ਪੰਜਾਬ ਗੌਰਮੈਂਟ ਵੱਲੋਂ ਮੈਨੂੰ ਇਹਦਾ ਬ੍ਰੈਂਡ ਅੰਬੈਸਡਰ ਨਿਯੁਕਤ ਕੀਤਾ ਗਿਆ, ਔਰ ਲੁਧਿਆਣਾ ਸ਼ਹਿਰ ਦਾ ਮੈਂ ਬ੍ਰੈਂਡ ਅੰਬੈਸਡਰ ਹਾਂ ਸਵੱਛ ਪੰਜਾਬ ਲਈ, ਔਰ ਜਿੱਥੇ ਕਿੱਥੇ ਮੇਰੇ ਕੋਲ ਟਾਈਮ ਹੁੰਦਾ ਮੈਂ ਆਪਣਾ ਯੋਗਦਾਨ ਪਾਉਣਾ ਲੋਕਾਂ ਨੂੰ ਕਹਿਣ 'ਚ ਦੱਸਣ 'ਚ ਕਿ ਸਫਾਈ ਕਰੋ, ਸਫਾਈ ਰੱਖੋ, ਤਾਂ ਕਿ ਅਸੀਂ ਵੀ ਬਾਹਰਲੇ ਮੁਲਕਾਂ ਨੂੰ ਹੋਪ ਕੇ ਦੱਸ ਸਕੀਏ ਕਿ ਸਾਡਾ ਲੁਧਿਆਣਾ, ਸਾਡਾ ਪੰਜਾਬ, ਸਾਡਾ ਮੁਲਕ, ਸਾਡਾ ਇੰਡੀਆ ਕਿਸੇ ਦੇਸ਼ ਨਾਲੋਂ ਘੱਟ ਨਹੀਂ। ਪਿੱਛੇ ਜੇ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਾ ਕੇ 10 ਪਿੰਡਾਂ 'ਚ ਰੋਡ ਸ਼ੋਅ ਕੀਤਾ,
ਸਫਾਈ ਬਾਰੇ ਅਤੇ ਟੋਇਲੇਟ ਯੂਜ਼ ਕਰਨ ਬਾਰੇ। ਸੋ ਉਸ ਮੁਹਿੰਮ ਦਾ ਮੈਂ ਹਿੱਸਾ ਬਣਿਆ। ਸੋ ਮੈਨੂੰ ਮਾਣ ਹੈ ਕਿ ਮੈਨੂੰ ਉਹਨਾਂ ਨੇ ਚੁਣਿਆ, ਬੀਨੂ ਢਿੱਲੋਂ ਜੀ ਨੂੰ ਚੁਣਿਆ, ਸਾਨੂੰ ਦੋਨਾਂ ਨੂੰ ਬ੍ਰੈਂਡ ਅੰਬੈਸਡਰ ਰੱਖਿਆ ਪੰਜਾਬ ਦਾ। ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣਾ ਯੋਗਦਾਨ ਪਾ ਕੇ, ਆਪਣਾ ਟਾਈਮ ਦੇ ਕੇ ਆਪਣੇ ਪੰਜਾਬ ਵਾਸੀਆਂ ਨੂੰ, ਲੁਧਿਆਣਾ ਵਾਸੀਆਂ ਨੂੰ ਇਹ ਪ੍ਰੇਰਨਾ ਜ਼ਰੂਰ ਦਿੰਦੇ ਰਹੀਏ ਕਿ ਸਵੱਛ ਪੰਜਾਬ ਦੇ ਵਿੱਚ ਆਪਣਾ ਯੋਗਦਾਨ ਪਾ ਕੇ, ਆਪਣਾ ਹਿੱਸਾ ਪਾ ਕੇ ਸਾਡੇ ਸ਼ਹਿਰ ਨੂੰ, ਸਾਡੇ ਪੰਜਾਬ ਨੂੰ, ਸਾਡੇ ਮੁਲਕ ਨੂੰ ਸਾਫ ਸੁਥਰਾ ਬਣਾਓ। ਥੈਂਕ ਯੂ ਸੋ ਵੈਰੀ ਮੱਚ, ਬਹੁਤ ਮਜ਼ਾ ਆਇਆ ਸਰ ਤੁਹਾਡੇ ਨਾਲ ਗੱਲ ਕਰਕੇ। ਮੈਂ ਤੁਹਾਨੂੰ ਬੈਸਟ ਵਿਸ਼ਿਜ਼ ਤਾਂ ਮੈਂ ਇੰਨੀਆਂ ਕੀ ਦੇ ਸਕਦਾ ਜੋ ਤੁਹਾਡੇ ਕੋਲ ਆਲਰੇਡੀ ਹੈਗਾ, ਤੁਸੀਂ ਬਹੁਤ ਕੁਝ ਅਚੀਵ ਕਰ ਚੁੱਕੇ ਹੋ। ਅਤੇ ਫਿਰ ਵੀ ਥੈਂਕ ਯੂ ਸੋ ਵੈਰੀ ਮੱਚ ਫੋਰ ਕਮਿੰਗ ਹੇਅਰ। ਥੈਂਕ ਯੂ ਮਨੀਸ਼ ਜੀ, ਤੁਹਾਡੇ ਲੁਧਿਆਣਾ ਪੋਸਟ ਲਈ ਮੇਰੇ ਵੱਲੋਂ ਸ਼ੁਭ ਇਸ਼ਾਵਾਂ ਕਿ ਤੁਹਾਡਾ ਚੈਨਲ ਔਰ ਜੋ ਤੁਸੀਂ ਆਪਣੀ ਐਫਰਟਸ ਕਰ ਰਹੇ ਹੋ, ਜੋ ਟਾਰਗੇਟ ਲੈ ਕੇ ਤੁਰੇ ਹੋ, ਤੁਸੀਂ ਉਸ ਨੂੰ ਅਚੀਵ ਕਰੋ। ਥੈਂਕ ਯੂ ਸੋ ਵੈਰੀ ਮੱਚ ਸਰ। This was your guy Maneet Singh. I'm signing off. I had the biggest star I've ever had in my show, Mr. Jaswinder Bhalla. He is a Ludhianvi and he talked like a true Ludhianvi and a Punjabi. He is a superstar in his own sense, the Amitabh Bachchan of North Indian film industry. Thank you guys. I'll talk to you again on any other day with any other personality, any other time. Thank you so much.